ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇ ਵਿੱਚ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਹਲਕਾ ਬੰਗਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਦੀ ਅਗਵਾਈ ਵਿੱਚ ਦੇਰ ਸ਼ਾਮ ਇੱਕ ਕੈਂਡਲ ਮਾਰਚ ਬੰਗਾ ਸ਼ਹਿਰ ਤੋਂ ਬੱਸ ਸਟੈਂਡ ਤੱਕ ਕੱਢਿਆ ਗਿਆ। ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਕੈਂਡਲ ਮਾਰਚ ਵਿੱਚ ਸ਼ਾਮਲ ਹੋਏ ਨੌਜਵਾਨਾਂ ਨੇ ਜਿੱਥੇ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ, ਉੱਥੇ ਹੀ ਯੂਪੀ ਦੇ ਉਪ ਮੁੱਖ ਮੰਤਰੀ ਮੋਰੇ ਦਾ ਵਿਰੋਧ ਵੀ ਕੀਤਾ। ਲਖੀਮਪੁਰ ਯੂਪੀ ਦੇ ਵਿੱਚ ਜੋ ਪਾਵਰ ਦੇ ਨਸ਼ੇ ਦੇ ਵਿੱਚ ਬੀ ਜੇ ਪੀ ਦੇ ਨੇਤਾਵਾਂ ਵੱਲੋਂ ਸ਼ਾਂਤੀਪੂਰਵਕ ਸੰਘਰਸ਼ ਕਰ ਰਹੇ ਕਿਸਾਨਾਂ ਦੇ ਉੱਤੇ ਗੱਡੀ ਚੜ੍ਹਾ ਕੇ ਜੋ ਉਹਨਾਂ ਦਾ ਕਤਲ ਕੀਤਾ ਗਿਆ, ਸਭ ਤੋਂ ਪਹਿਲਾਂ ਤਾਂ ਅਸੀਂ ਉਹਦੀ ਸਖ਼ਤ ਸ਼ਬਦਾਂ ਦੇ ਵਿੱਚ ਨਿਖੇਧੀ ਕਰਦੇ ਹਾਂ। ਮੈਂ ਆਪਣੇ ਵੱਲੋਂ, ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਔਰ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਵੱਲੋਂ ਔਰ ਸਮੁੱਚਾ ਵਿਧਾਨ ਸਭਾ ਹਲਕਾ ਬੰਗਾ ਵੱਲੋਂ ਇਸ ਜਿਹੜੀ ਇਹ ਜੋ ਕੁਛ ਹੋਇਆ ਜੀ ਨਿੰਦਾ ਕਰਦੇ ਹਾਂ ਔਰ ਉਹਨਾਂ ਬੱਚਿਆਂ ਨੂੰ ਸ਼ਰਧਾਂਜਲੀ ਭੇਟ ਕਰਦੇ ਜਿਹੜੇ ਕਿਸਾਨਾਂ ਦੇ ਖਿਲਾਫ ਜੋ ਤਿੰਨ ਕਾਲੇ ਕਾਨੂੰਨ ਆ ਉਹਨਾਂ ਨੂੰ ਵਾਪਸ ਕਰਾਉਣ ਦੇ ਲਈ ਆਪਣਾ ਸ਼ਾਂਤਮਈ ਸੰਘਰਸ਼ ਕਰ ਰਹੇ ਸੀ ਔਰ ਉਹਨਾਂ ਨੂੰ ਅਸੀਂ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ। ਮੈਂ ਸਮਝਦਾ ਕਿ ਇਹ ਜਦੋਂ ਜੋ ਅੱਤਿਆਚਾਰ ਯੂਪੀ ਦੀ ਬੀ ਜੇ ਪੀ ਸਰਕਾਰ ਨੇ ਕੀਤਾ, ਇਹ ਤਾਂ ਮੈਂ ਲੱਗਦਾ ਔਰੰਗਜ਼ੇਬ ਨੂੰ ਪਿੱਛੇ ਛੱਡ ਗਿਆ। ਔਰੰਗਜ਼ੇਬ ਨੇ ਵੀ ਸ਼ਾਇਦ ਇਸ ਤਰ੍ਹਾਂ ਦਾ ਅੱਤਿਆਚਾਰ ਨਹੀਂ ਕੀਤਾ ਹੋਊਗਾ, ਕਿਉਂਕਿ ਜੇਕਰ ਕੋਈ ਸ਼ਾਂਤੀਪੂਰਵਕ ਡੈਮੋਕਰੇਟਿਕ ਵੇ ਦੇ ਨਾਲ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਬਣਾਏ ਹੋਏ ਸੰਵਿਧਾਨ ਦੇ ਮੁਤਾਬਕ ਕੋਈ ਸੰਘਰਸ਼ ਕਰ ਰਿਹਾ ਜਿਹੜਾ ਉਹਦਾ ਡੈਮੋਕਰੇਟਿਕ ਰਾਈਟ ਆ, ਫਿਰ ਵੀ ਉਹਨੂੰ ਕੁਚਲ ਦਿਓ, ਉਹਨੂੰ ਮਾਰ ਦਿਓ। ਉਹ ਬੱਚੇ ਜਿਹੜੇ ਆ, ਅੱਜ ਉਹਨਾਂ ਮਾਪਿਆਂ ਨੂੰ ਪੁੱਛੋ ਜਿਨ੍ਹਾਂ ਦੇ ਬੱਚੇ ਜਿਨ੍ਹਾਂ ਦੀ ਮੌਤ ਹੋਈ ਆ। ਪੋਲੀਟਿਕਸ ਕਰਨੀ ਬਹੁਤ ਸੌਖੀ ਹੈ, ਪਰ ਮੈਂ ਸਮਝਦਾ ਕਿ ਅੱਜ ਜੋ ਹੋਇਆ ਇਸ ਤੋਂ ਮਾੜਾ ਕਦੀ ਦੇਸ਼ ਦੇ ਅੰਦਰ ਕਦੀ ਹੋਇਆ ਨਹੀਂ। ਜਿਵੇਂ ਸਰਕਾਰਾਂ ਨੇ ਕਰਨੇ ਹੁੰਦੇ ਆ, ਸ਼੍ਰੋਮਣੀ ਕਮੇਟੀ ਜਿਹੜੀ ਉੱਥੇ ਗਈ ਉਹ ਕੀ ਕਰਦੀ ਉਹ ਵੱਖਰੀ ਗੱਲ ਆ। ਸਰਕਾਰਾਂ ਨੂੰ ਦੇਖੋ ਦੇਣੇ ਚਾਹੀਦੇ ਆ, ਉਹਨਾਂ ਦੀ ਮਦਦ ਕਰਨੀ ਚਾਹੀਦੀ ਆ। ਉਹ ਰੋਂਦੇ ਕੁਲਾਉਂਦੇ, ਉਹਨਾਂ ਦੇ ਦੇਖੋ ਬੱਚੇ ਤਾਂ ਵਾਪਸ ਨਹੀਂ ਹੋ ਸਕਦੇ। ਪਰ ਮੈਂ ਸਮਝਦਾ ਕਿ ਬਈ ਇੱਦਾਂ ਦੇ ਹਾਲਾਤ ਪੈਦਾ ਹੀ ਕਿਉਂ ਹੋਣ, ਕਿਉਂ ਕਹਿੰਦਾ ਮੈਂ ਲੋਕ ਜਿਹੜੇ ਕਹਿੰਦਾ ਮੈਂ ਇੱਦਾਂ ਕੁਚਲ ਦਿੱਤੇ ਜਾਣ, ਜੋ ਨਹੀਂ ਦਿੰਦਾ ਕਾਨੂੰਨ ਬਣਦਾ ਕਿ ਨਾਲੇ ਇਹਨੂੰ ਉੱਦਾਂ ਸੇਮ ਸਜ਼ਾ ਮਿਲ ਜਾਏ। ਜੇਕਰ ਕੋਈ ਪੋਲੀਟਿਕ ਬੰਦਾ ਜਾਣ ਬੁੱਝ ਕੇ ਕੋਈ ਇੱਦਾਂ ਦੇ ਕੰਮ ਕਰਦਾ ਤਾਂ ਉਹਨੂੰ ਸਜ਼ਾ ਜੀ ਮੌਤ ਦੇ ਬਰਾਬਰ ਮੌਤ ਦੀ ਸਜ਼ਾ ਮਿਲਣੀ ਚਾਹੀਦੀ ਆ, ਤਾਂ ਲੋਕ ਡਰਨਗੇ। ਪੰਜਾਬ ਦੇ ਸੀ ਐਮ ਚੰਨੀ ਸਾਹਿਬ ਵੀ ਜਿਹੜੇ ਗ੍ਰਹਿ ਮੰਤਰੀ ਦੇ ਖਿਲਾਫ਼, ਇਸ ਦੇ ਖਿਲਾਫ਼ ਸਾਰਿਆਂ ਨੂੰ ਖੜਨਾ ਚਾਹੀਦਾ। ਇਹ ਪਾਰਟੀ ਦਾ ਮੁੱਦਾ ਨਹੀਂ, ਇਹ ਕਿਸੇ ਇੱਕ ਇਨਸਾਨ ਦਾ ਮੁੱਦਾ ਨਹੀਂ, ਇਹ ਇਨਸਾਨੀਅਤ ਦੇ ਕਤਲ ਦਾ ਮੁੱਦਾ ਆ। ਇਹਦੇ ਵਿੱਚ ਹਰ ਇੱਕ ਨੂੰ ਖੜਨਾ ਚਾਹੀਦਾ। ਜੇ ਅਸੀਂ ਖੜਾਂਗੇ ਤਾਂ ਸ਼ਾਇਦ ਜਿਹੜਾ ਕੋਈ ਵੀ ਹੋਵੇ, ਉਹ ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ, ਉਹ ਤਾਂ ਲੋਕਾਂ ਨੂੰ ਇਨਸਾਫ਼ ਦੇ।